ਪਰ ਕਹਿੰਦੇ ਨਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਹੈ ਨਾ। ਜਦੋਂ ਹੁਕਮ ਹੀ ਅਕਾਲ ਪੁਰਖ ਦਾ ਹੋ ਜਾਏ ਤੇ ਉਦੋਂ ਫਿਰ ਬੰਦਾ ਯਾਤਰਾ ਤੇ ਕਿਵੇਂ ਜਾ ਸਕਦਾ ਵਾ ਨਾ, ਉਹ ਸਾਰੀ ਗੱਲਾਂ ਬਾਤਾਂ ਵਾ ਨਾ ਯਾਤਰਾ ਉਹੀ ਬੰਦਾ ਜਾ ਸਕਦਾ ਜਦੋਂ ਹੁਕਮ ਅਕਾਲ ਪੁਰਖ ਵਾਹਿਗੁਰੂ ਜੀ ਦਾ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮੇਰੇ 10 ਪਾਤਸ਼ਾਹੀਆਂ, ਹੈ ਨਾ। ਉਹਨਾਂ ਦੇ ਹੁਕਮ ਬਿਨਾਂ ਯਾਤਰਾ ਬੰਦੇ ਦੀ ਸਫਲ ਹੋ ਹੀ ਨਹੀਂ ਸਕਦੀ ਨਾ ਹੀ, ਮਤਲਬ ਕਹਿੰਦੇ ਨਾ ਵੀ ਚਿੱਠੀ ਪਾਈ, ਹੈ ਨਾ, ਪਰ ਚਿੱਠੀ ਚਲੋ ਪ੍ਰਵਾਨ ਨਹੀਂ ਹੋਈ, ਚਲੋ ਹੈ ਨਾ ਵੀ ਸਾਰੀ ਚੀਜ਼ਾਂ ਵਾ ਨਾ, ਅਰਦਾਸਾਂ ਬੇਨਤੀਆਂ ਕੀਤੀਆਂ ਗੁਰੂ ਪਾਤਸ਼ਾਹ ਅੱਗੇ ਨਾ। ਜਦੋਂ ਹੁਕਮ ਨਾ ਹੋਵੇ ਤਾਂ ਆਪਾਂ ਜਾਂਦੇ ਤਾਂ ਗੁਰੂ ਪਾਤਸ਼ਾਹ ਸਾਨੂੰ ਕੋਈ ਮੁਸ਼ਕਲ ਤੋਂ ਜਾਂ ਸਾਡੇ ਆਉਣ ਵਾਲੀ ਇੱਕ ਵੱਡੀ ਪ੍ਰੋਬਲਮ, ਹੈ ਨਾ, ਜਿਹਦੇ ਤੋਂ ਸਾਨੂੰ ਗੁਰੂ ਪਾਤਸ਼ਾਹ ਸਾਨੂੰ ਬਚਾਉਂਦੇ। ਪਰ ਆਪਾਂ ਕੀ ਕਲਯੁੱਗ ਜੀਵਾਂ, ਆਪਾਂ ਸਮਝਦੇ ਹਾਂ ਅਸੀਂ ਬਹੁਤ ਸਿਆਣੇ, ਹੈ ਨਾ। ਕਹਿੰਦੇ ਨੇ ਸੋਚੇ ਲੱਖ ਵਾਰ ਪਰ ਜਿੰਨੀ ਮਰਜ਼ੀ ਵਾਲੀ ਸੋਚੋ, ਸਾਨੂੰ ਕਿ ਉਹ ਗੁਰੂ ਪਾਤਸ਼ਾਹ ਤੋਂ ਵੱਡੀ ਸੋਚ ਨਹੀਂ ਬਣ ਸਕਦੀ ਨਾ। ਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਕਰਦੇ ਹਾਂ ਤੁਹਾਡਾ ਨਵੀਂ ਵੀਡੀਓ ਨਵੇਂ ਦਿਨ ਵਿੱਚ। ਅਤੇ ਅੱਜ ਦੀ ਜਿਹੜੀ ਵੀਡੀਓ ਹੈ ਜੀ, ਆਪਾਂ ਗੱਲਾਂ ਬਾਤਾਂ ਕਰਨ ਵਾਲੇ ਹਾਂ ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਬਾਰੇ, ਕੀ ਸਾਡੇ ਨਾਲ ਹੋਇਆ ਵਾ, ਹੈ ਨਾ, ਜਾਂ ਕਿ ਉਹ ਆਪਾਂ ਯਾਤਰਾ ਕੈਂਸਲ ਕੀਤੀ ਹੈ ਜਾਂ ਕਿਵੇਂ ਯਾਤਰਾ ਕੈਂਸਲ ਹੋਈ, ਹੈ ਨਾ। ਮਤਲਬ ਕਿ ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਬਾਰੇ ਆਪਾਂ ਮਤਲਬ ਕਿ ਤੁਹਾਨੂੰ ਸਾਰੀ ਜਾਣਕਾਰੀ ਦੇਣੀ ਸੀ, ਹੈ ਨਾ, ਉੱਥੇ ਬਾਰੇ ਸਾਰੇ ਇਤਿਹਾਸ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਸੀ, ਨਾਲ ਦੇ ਨਾਲ ਜਿਹੜੇ ਕਿ ਉਹ ਗੁਰਸਥਾਨ ਜਿਹੜੇ ਇਤਿਹਾਸਕ, ਹੈ ਨਾ, ਸਥਾਨ ਹੈਗੇ ਗੁਰਧਾਮ, ਹੈ ਨਾ, ਉਹ ਸਾਰੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ, ਸਾਂਝ ਪਾਉਣੀ ਸੀ, ਵੀਡੀਓ ਬਣਾ ਬਣਾ ਕੇ, ਨਾ, ਸੀਰੀਜ਼ ਮਤਲਬ ਤੁਹਾਡੇ ਨਾਲ ਸਾਂਝ ਪੈਣੀ ਸੀ ਇਸ ਵਾਰੀ। ਔਰ ਪੂਰਾ ਲੰਮਾ ਟੂਰ ਸੀ, ਔਰ ਫਾਈਨਲੀ ਪਹਿਲੀ ਵਾਰੀ ਏਦਾਂ ਹੋਇਆ ਸੀ ਕਿ ਏਦਾਂ ਲੰਮਾ ਟੂਰ ਆਪਾਂ ਜਿਹੜਾ ਫਾਈਨਲ ਹੋਇਆ, ਸਾਰਾ ਪਲਾਨਿੰਗ ਹੋਇਆ, ਪਤਾ ਨਹੀਂ ਕੀ ਹੋਇਆ, ਹੈ ਨਾ, ਐਂਡ ਮੌਕੇ ਦੇ ਉੱਤੇ ਜਾ ਕੇ ਸਾਰੇ ਬੰਦੇ ਮੁੱਕਰ ਗਏ ਜਾਂ ਪਿੱਛੇ ਹੱਟ ਗਏ, ਕਈਆਂ ਨੂੰ ਕੋਈ ਕੰਮ ਹੋ ਗਿਆ, ਕੁਛ ਹੋ ਗਿਆ, ਮਤਲਬ ਸਾਰਾ ਕੁਛ ਪ੍ਰੋਬਲਮ ਕ੍ਰੀਏਟ ਹੁੰਦੀ ਵੀ ਹੁੰਦੀ ਕਿ ਇੱਥੋਂ ਤੱਕ ਪ੍ਰੋਬਲਮ ਕ੍ਰੀਏਟ ਹੋ ਗਈ ਕਿ ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਸਾਨੂੰ ਕੈਂਸਲ ਕਰਨੀ ਪੈ ਗਈ, ਹੈ ਨਾ। ਹੁਣ ਕੈਂਸਲ ਹੋ ਗਈ ਆ ਜਾਂ ਕਿਵੇਂ ਆ, ਉਹ ਸਾਰੀ ਗੱਲਾਂ ਬਾਤਾਂ ਕਰਦੇ ਹਾਂ, ਹੈ ਨਾ, ਪਹਿਲੇ ਬਹਿ ਜਾਈਏ ਫਿਰ ਤੁਹਾਡੇ ਨਾਲ ਆਰਾਮ ਨਾਲ ਸਾਰੀ ਗੱਲਾਂ ਬਾਤਾਂ ਕਰਦੇ ਹਾਂ। ਬਾਤਾਂ ਏਦਾਂ ਜੀ, ਦੇਖੋ ਪਤਾ ਕੀ ਗੱਲ, ਅਸੀਂ ਇੱਕ ਮਹੀਨਾ ਨਾ ਮਤਲਬ ਕਿ ਐਕਸਟਰਾ ਲੈ ਕੇ ਚੱਲੇ ਸੀ, ਇੱਕ ਮਹੀਨੇ ਦੀ ਅਸੀਂ ਐਕਸਟਰਾ ਪਲੈਨਿੰਗ ਪਲਾਨ ਕੀਤੀ, ਔਰ ਮਤਲਬ ਕਿ ਜਿਹੜੇ ਅਸੀਂ ਜੱਥਾ ਤਿਆਰ ਕੀਤਾ ਸੀ ਨਾ, ਮਤਲਬ ਕਿ ਉਦੋਂ ਜੱਥਾ ਤਿਆਰ ਹੋ ਚੁੱਕਿਆ ਸੀ ਨਾ, ਸਾਰਾ ਕੁਛ ਹੋ ਗਿਆ ਸੀ, ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਰਾ ਕੁਛ ਹੀ ਸਹੀ ਚੱਲਦਾ ਸੀ ਨਾ। ਪਰ ਕਹਿੰਦੇ ਨਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਹੈ ਨਾ। ਜਦੋਂ ਹੁਕਮ ਹੀ ਅਕਾਲ ਪੁਰਖ ਦਾ ਹੋ ਜਾਏ ਤੇ ਉਦੋਂ ਫਿਰ ਬੰਦਾ ਯਾਤਰਾ ਤੇ ਕਿਵੇਂ ਜਾ ਸਕਦਾ ਵਾ ਨਾ, ਉਹ ਸਾਰੀ ਗੱਲਾਂ ਬਾਤਾਂ ਵਾ ਨਾ, ਯਾਤਰਾ ਉਹੀ ਬੰਦਾ ਜਾ ਸਕਦਾ ਜਦੋਂ ਹੁਕਮ ਅਕਾਲ ਪੁਰਖ ਵਾਹਿਗੁਰੂ ਜੀ ਦਾ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮੇਰੇ 10 ਪਾਤਸ਼ਾਹੀਆਂ, ਹੈ ਨਾ। ਉਹਨਾਂ ਦੇ ਹੁਕਮ ਬਿਨਾਂ ਯਾਤਰਾ ਬੰਦੇ ਦੀ ਸਫਲ ਹੋ ਹੀ ਨਹੀਂ ਸਕਦੀ ਨਾ ਹੀ, ਮਤਲਬ ਕਹਿੰਦੇ ਨਾ ਵੀ ਚਿੱਠੀ ਪਾਈ, ਹੈ ਨਾ, ਪਰ ਚਿੱਠੀ ਚਲੋ ਪ੍ਰਵਾਨ ਨਹੀਂ ਹੋਈ, ਚਲੋ, ਹੈ ਨਾ, ਸਾਰੀ ਚੀਜ਼ਾਂ ਵਾ ਨਾ, ਅਰਦਾਸਾਂ ਬੇਨਤੀਆਂ ਕੀਤੀਆਂ ਗੁਰੂ ਪਾਤਸ਼ਾਹ ਅੱਗੇ, ਨਾ, ਆਪਾਂ ਅਰਦਾਸ ਵੀ ਗੁਰੂ ਘਰ ਕਰਾਤੀ ਸੀ ਨਾ, ਪਰ ਬਹੁਤ ਪ੍ਰੋਬਲਮ ਕ੍ਰੀਏਟ ਹੋ ਗਈਆਂ ਨਾ, ਮਤਲਬ ਕਿ ਰੁਕਾਵਟਾਂ ਹੀ ਰੁਕਾਵਟਾਂ, ਆਪਾਂ ਕਹਿੰਦੇ ਵਿਘਨ ਹੀ ਪੈ ਰਹੇ ਸੀ ਨਾ, ਅਰਚਨਾ ਰੁਕਾਵਟਾਂ ਵਿਘਨ ਸਾਰਾ ਕੁਛ ਇਕੱਠਾ ਹੀ ਆ ਕੇ ਨਾ ਇੱਕ ਥਾਂ ਦੇ ਉੱਤੇ ਖੜਾ ਹੋ ਗਿਆ, ਤੇ ਮਨ ਬੜਾ ਦੁਖੀ ਹੋ ਗਿਆ, ਇੰਨਾ ਜ਼ਿਆਦਾ ਮਨ ਡਿਸਟਰਬ ਹੋ ਗਿਆ ਕਿ ਯਾਰ ਅਸੀਂ ਕੀ ਸੋਚ ਰਹੇ ਸੀ, ਪਰ ਗੁਰੂ ਪਾਤਸ਼ਾਹ ਜੀ ਚਲੋ ਕਿਰਪਾ ਭਾਣੇ ਵਿੱਚ ਰਹਿਣਾ ਪੈਣਾ, ਹੈ ਨਾ, ਕਿਉਂਕਿ ਅਸੀਂ ਕਲਯੁੱਗੀ ਜੀਵ ਆ ਜੀ, ਹੈ ਨਾ, ਕਲਯੁੱਗੀ ਜੀਵਾਂ ਦਾ ਮਤਲਬ ਕਿ ਕੁਛ ਪਤਾ ਨਹੀਂ ਹੁੰਦਾ ਨਾ, ਆਪਾਂ ਕੋਈ ਐਪ ਹੈ ਨਹੀਂ, ਆਪਾਂ ਕੋਈ ਸੰਤ ਮਹਾਤਮਾ ਜਿਹੜਾ ਆਪਾਂ ਨੂੰ ਪਤਾ ਹੋ ਗਿਆ ਕਿ ਆਪਣੇ ਆਉਣ ਵਾਲੇ ਟਾਈਮ 'ਚ ਆਪਣੀਆਂ ਕੀ ਹੋਣਾ ਨਾ। ਪਰ ਇੰਨਾ ਜੇ ਨਾ ਆਪਾਂ ਚਲੋ ਚੰਗਾ ਹੀ ਆਪਾਂ ਸੋਚਿਆ ਸੀ ਵੀ ਯਾਤਰਾ ਕਰਾਂਗੇ, ਹੈ ਨਾ, ਔਰ ਫਸਟ ਟਾਈਮ ਸੀ ਕਿ ਯਾਤਰਾ ਤੇ ਅਸੀਂ ਚੱਲੇ ਸੀ, ਕਿਉਂਕਿ ਪਿਛਲੇ 2 ਸਾਲਾਂ ਤੋਂ ਪਲੈਨਿੰਗ ਚੱਲ ਰਹੀ ਸੀ, 3ਜਾ ਸਾਲ ਸੀ, ਹੈ ਨਾ ਜੀ ਮੇਰਾ, ਔਰ 3ਜੇ ਸਾਲ ਦੇ ਵਿੱਚ ਵੀ ਸਾਡੀ ਯਾਤਰਾ ਕੈਂਸਲ ਹੋਈ, ਹੈ ਨਾ। ਹੁਣ ਕੈਂਸਲ ਹੁੰਦੇ ਨੇ ਤੁਹਾਨੂੰ ਪਤਾ ਫਿਰ ਦਿਮਾਗ ਖਰਾਬ ਹੁੰਦਾ, ਵੀਡੀਓ ਬਣਾਉਣ ਦਾ ਸਾਡਾ ਬਿਲਕੁਲ ਹੀ ਮਨ ਜਿਹੜਾ ਕਿ ਟੁੱਟ ਗਿਆ ਇੱਕਦਮ ਹੀ, ਹੈ ਨਾ, ਅਸੀਂ ਕਿ ਅਸੀਂ ਵੀ ਚਲੋ ਵੀ ਇੱਕ ਜਰਨੀ ਜੁੜ ਜੂਗੀ, ਹੈ ਨਾ, ਨਾਲ ਤੁਸੀਂ ਜਰਨੀ 'ਚ ਜੁੜੋਗੇ ਨਾ ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ ਬਾਰੇ, ਹੈ ਨਾ, ਤੁਹਾਡੇ ਨਾਲ ਸਾਰੀ ਜਾਣਕਾਰੀ ਸ਼ੇਅਰ ਕਰਾਂਗੇ, ਸਾਰੇ ਇਤਿਹਾਸ ਸਾਰੇ ਦੇ ਉੱਥੇ, ਨਾ, ਔਰ ਨਵੀਆਂ ਲੋਕੇਸ਼ਨਾਂ ਨਵੀਆਂ ਜਿਹੜੀਆਂ ਕਿ ਅਸੀਂ ਉਹ ਥਾਵਾਂ ਵਿਜਿਟ ਕਰਾਂਗੇ ਜਿੱਥੇ ਕਦੇ ਪਹਿਲੀ ਵਾਲੀ ਮਤਲਬ ਕਿ ਜਾ ਕੇ ਔਰ ਉੱਥੇ ਦਾ ਤੁਹਾਨੂੰ ਫਸਟ ਐਕਸਪੀਰੀਅੰਸ ਸਾਰਾ ਕੁਛ ਮਤਲਬ ਕਿ ਦਿਖਾਵਾਂਗੇ, ਨਵੀਆਂ ਚੀਜ਼ਾਂ ਬਿਲਕੁਲ ਫਰੈਸ਼ ਨਿਊ ਇੱਕਦਮ, ਹੋਣਾ ਸਾਡੇ ਚੈਨਲ ਉੱਤੇ ਵੀ, ਔਰ ਸ਼ਾਇਦ ਯੂਟਿਊਬਰ ਉੱਤੇ ਵੀ ਉਹ ਚੀਜ਼ਾਂ ਮਤਲਬ ਕਿ ਪਹਿਲੇ ਨਾ ਬਣੀਆਂ ਹੋਣਾ ਨਾ, ਜੇ ਬਣੀਆਂ ਮਤਲਬ ਢੰਗ ਨਾਲ ਨਾ ਬਣੀਆਂ ਹੋਣਾ ਨਾ, ਆਪਾਂ ਉਹ ਚੀਜ਼ ਫਾਇੰਡ ਕੀਤੀਆਂ ਸੀ, ਮਤਲਬ ਬੜਾ ਕੁਛ ਆਪਾਂ ਨਾ ਕੀਤਾ ਸੀ, ਪਰ ਕਹਿੰਦੇ ਗੁਰੂ ਦੇ ਭਾਣੇ ਵਿੱਚ ਚੱਲਣਾ ਪੈਂਦਾ ਜੀ, ਨਾ, ਬਸ ਉਹੀ ਗੱਲ ਹੋਈ ਗੁਰੂ ਦੇ ਭਾਣੇ ਵਿੱਚ ਮੰਨ ਕੇ, ਤੇ ਫਾਈਨਲੀ ਸਾਨੂੰ ਯਾਤਰਾ ਜਿਹੜੀ ਕਿ ਕਹਿ ਦਈਏ ਵੀ ਕੈਂਸਲ ਕੈਂਸਲ ਹੁੰਦੀ ਹੁੰਦੀ ਕੈਂਸਲ ਹੀ ਹੋ ਗਈ, ਹੈ ਨਾ।
ਹੁਣ ਦੇਖੋ ਜੀ, ਮਨ ਤੇ ਬੜਾ ਮਨ ਅੰਦਰੋਂ ਰੋਇਆ ਵੀ ਬਹੁਤ, ਅਰਦਾਸ ਵੀ ਮੈਨੂੰ ਗੁਰੂ ਪਾਤਸ਼ਾਹ ਅੱਗੇ, ਮੈਨੂੰ ਅਰਦਾਸਾਂ ਤੇ ਅਰਦਾਸਾਂ ਚੱਲੀ ਜਾ ਰਹੀ ਸੀ ਰੋਜ਼ ਜਾਣਾ ਨਾ। ਫਿਰ ਹਾਰ ਕੇ ਅਸੀਂ ਮੁਆਫ਼ੀ ਮੰਗੀ ਗੁਰੂ ਪਾਤਸ਼ਾਹ ਜੀ ਤੋਂ ਅਰਦਾਸ ਕਰਕੇ ਕਿ ਗੁਰੂ ਪਾਤਸ਼ਾਹ ਸਾਨੂੰ ਬਖਸ਼ੋ, ਕਿਉਂਕਿ ਆਪ ਜੀ ਦਾ ਹੁਕਮ ਹੀ ਨਹੀਂ ਹੋ ਰਿਹਾ ਨਾ, ਕਿਉਂਕਿ ਬਹੁਤ ਵਾਰੀ ਟਰਾਈ ਕੀਤਾ ਸੀ ਨਾ। ਮੈਨੂੰ ਘੱਟੋ ਘੱਟ ਤੁਸੀਂ ਮੰਨੋਗੇ ਨਹੀਂ, ਇੰਨਾ ਇੱਕ ਮਹੀਨਾ ਲਗਾਤਾਰ ਪ੍ਰੋਸੈਸ ਕੀਤਾ ਵੀ ਤਿਆਰੀ ਹੋ ਜਾਵੇ, ਜਿੱਥੇ ਵੀ ਤਿਆਰੀ ਹੋ ਜਾਵੇ ਨਾ, ਮੈਨੂੰ ਸਾਰਾ ਕੁਛ ਸਾਰਿਆਂ ਨੂੰ ਤਰਲੇ, ਮਿੰਨਤਾਂ 50-100 ਫੋਨ ਲਾਏ, ਪਰ ਕਹਿੰਦੇ ਕੋਈ ਕੰਮ ਨਾ, ਜਦੋਂ ਨਹੀਂ ਬਣਦਾ ਤਾਂ ਫਿਰ ਨਹੀਂ ਬਣਦਾ, ਉਦੋਂ ਫਿਰ ਗੁਰੂ ਦੇ ਹੁਕਮ ਦੇ ਵਿੱਚ ਛੱਡ ਦੇਣਾ ਚਾਹੀਦਾ, ਕਿਉਂਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਜਦੋਂ ਆਪਾਂ ਇਹ ਗੱਲ ਨੂੰ ਸਮਝ ਗਏ ਨਾ ਜੀ, ਜਾਂਦਾ ਅਰਥ ਸਮਝ ਗਏ, ਹੈ ਨਾ, ਇਹ ਸ਼ਬਦ ਮੈਂ ਤਾਂ ਉਚਾਰ ਰਿਹਾ ਕਿਉਂਕਿ ਆਪਾਂ ਨੂੰ ਕਈ ਵੇਲੇ ਆਪਾਂ ਪ੍ਰੋਬਲਮ ਆਪਣੇ ਸਾਹਮਣੇ ਆਉਂਦੀ ਹੈ, ਪਰ ਗੁਰੂ ਪਾਤਸ਼ਾਹ ਆਪਾਂ ਨੂੰ ਰੋਕਦੇ ਹੈ ਨਾ। ਬਾਅਦ ਵਿੱਚ ਪਰਿਵਾਰ ਦੇ ਵਿੱਚ ਡਿਸਕਸ ਤੇ ਗੱਲਾਂ ਹੋਈਆਂ ਨਾ, ਪਰਿਵਾਰ ਵਾਲੇ ਕਹਿੰਦੇ ਵੀ ਹੁਕਮ ਨਹੀਂ ਹੋਇਆ ਹਲੇ ਅਕਾਲ ਪੁਰਖ ਦਾ, ਹੈ ਨਾ, ਵਾਹਿਗੁਰੂ ਜੀ ਦਾ, ਦਸਵੇਂ ਪਾਤਸ਼ਾਹ ਦਾ ਹਲੇ ਹੁਕਮ ਨਹੀਂ ਹੋਇਆ, ਕਿਉਂਕਿ ਜਦੋਂ ਹੁਕਮ ਨਾ ਹੋਵੇ ਤਾਂ ਆਪਾਂ ਜਾਣੇ ਤਾਂ ਗੁਰੂ ਪਾਤਸ਼ਾਹ ਸਾਨੂੰ ਕੋਈ ਮੁਸ਼ਕਲ ਤੋਂ ਜਾਂ ਸਾਡੇ ਆਉਣ ਵਾਲੀ ਇੱਕ ਵੱਡੀ ਪ੍ਰੋਬਲਮ, ਹੈ ਨਾ, ਜਿਹਦੇ ਤੋਂ ਸਾਨੂੰ ਗੁਰੂ ਪਾਤਸ਼ਾਹ ਸਾਨੂੰ ਬਚਾਉਂਦੇ ਆ। ਪਰ ਆਪਾਂ ਕੀ ਕਲਯੁਗੀ ਜੀਵ ਆ, ਆਪਾਂ ਸਮਝਦੇ ਹਾਂ ਅਸੀਂ ਬਹੁਤ ਸਿਆਣੇ ਆ ਨਾ, ਕਹਿੰਦੇ ਨੇ ਸੋਚਿਆ ਲੱਖ ਵਾਰ, ਪਰ ਜਿੰਨੀ ਮਰਜ਼ੀ ਵਾਲੀ ਸੋਚੋ, ਮਤਲਬ ਕਿ ਉਹ ਗੁਰੂ ਪਾਤਸ਼ਾਹ ਤੋਂ ਵੱਡੀ ਸੋਚ ਨਹੀਂ ਬਣ ਸਕਦੀ ਨਾ। ਗੁਰੂ ਪਾਤਸ਼ਾਹ ਜਾਣਦੇ ਤੁਹਾਡਾ ਚੰਗਾ ਕੀ ਹੈ, ਤੁਹਾਡਾ ਭਲਾ ਕੀ ਹੈ ਨਾ, ਔਰ ਉਹ ਆਪਣੇ ਜੋ ਪਿਆਰਿਆਂ ਨੂੰ ਬਚਾਉਣ ਦਾ ਕੋਈ ਬਹਾਨਾ ਬਣਾ ਦਿੰਦੇ ਜਾਂ ਕੋਈ ਵੀ ਰੁਕਾਵਟ ਖੜੀ ਕਰ ਦਿੰਦੇ, ਉਹ ਫਾਇਦੇ ਲਈ ਹੁੰਦੀ ਆ, ਨੁਕਸਾਨ ਹੈ ਸ਼ਾਇਦ ਆਪਣਾ ਭਲਾ ਇਹਦੇ 'ਚ ਹੋਵੇ ਨਾ ਸ਼ਾਇਦ, ਕਿਉਂਕਿ ਹੁਣ ਪਿੱਛੇ ਖਬਰਾਂ ਵੀ ਆ ਰਹੀਆਂ ਸੀ ਨਾ, ਮਤਲਬ ਕਿ ਕਾਫੀ ਥਾਂ ਤੇ ਜਿਹੜਾ ਲੈਂਡ ਸਲਾਈਡ ਹੁੰਦਾ, ਚਲੋ ਉਹ ਤੇ ਹਿਮਾਚਲ ਆ ਗਈ ਨਾ, ਔਰ ਵੈਸੇ ਵੀ ਉੱਧਰ ਉੱਧਰ ਦੇ ਇਲਾਕੇ ਵਿੱਚ ਜਿਹੜਾ ਲੈਂਡ ਸਲਾਈਡ ਹੁੰਦਾ ਹੀ ਰਹਿੰਦਾ ਨਾ, ਪਹਾੜ ਪੂੜੇ ਟੁੱਟਦੇ ਰਹਿੰਦੇ, ਉਹ ਚਲੋ ਕੋਈ ਚੱਕਰ ਨਹੀਂ ਸੀ, ਆਪਾਂ ਹੋਰ ਕੋਈ ਅੰਦਰ ਖੱਬੇ ਸੱਜੇ ਰਸਤੇ ਤੇ ਆਪਾਂ ਜਾਣਾ, ਪਰ ਕਹਿੰਦੇ ਜਦੋਂ ਹੁਕਮ ਹੀ ਨਹੀਂ ਹੈਗਾ ਸੀ ਤੇ ਫਿਰ ਕਿਵੇਂ ਜਾ ਸਕਦੇ ਹੁੰਦੇ, ਪਾਣੀ 'ਚ ਮੰਨਣਾ ਹੀ ਪੈਣਾ ਜੀ ਨਾ, ਇਹ ਪਾਣਾ ਫਿਰ ਅਸੀਂ ਕਬੂਲਿਆ ਮੰਨਿਆ, ਅਸੀਂ ਕਿਹਾ ਨਹੀਂ ਗੁਰੂ ਪਾਤਸ਼ਾਹ ਜੀ ਸਾਡੇ ਤੋਂ ਹੀ ਗਲਤੀ ਹੋ ਰਹੀ ਆ, ਕਿਉਂਕਿ ਸਾਡਾ ਹਲੇ ਸ਼ਾਇਦ ਜਾਣ ਦਾ ਸਮਾਂ ਨਹੀਂ ਹੋ ਰਿਹਾ, ਹੈ ਨਾ, ਜਾਂ ਸਾਡਾ ਜਾਣ ਦਾ ਸਬੱਬ ਨਹੀਂ ਬਣ ਰਿਹਾ, ਕਿਉਂ ਨਹੀਂ ਬਣਿਆ, ਕਿਉਂਕਿ ਅੰਦਰ 'ਚ ਵੀ ਕੋਈ ਭਲਾ ਹੀ ਹੈ ਨਾ, ਕਿਉਂਕਿ ਜਦੋਂ ਕੋਈ ਚੀਜ਼ ਚੰਗੀ ਆਪਾਂ ਕਰਦੇ ਤਾਂ ਉਹਦੇ 'ਚ ਰੁਕਾਵਟ ਆ ਜਾਏ ਨਾ, ਉਹ ਗੁਰੂ ਪਾਤਸ਼ਾਹ ਉਹ ਚੀਜ਼ ਨੂੰ ਤਾਂ ਰੋਕਦੇ, ਰੁਕਾਵਟ ਪਾਉਂਦੇ, ਵਿਘਨ ਪਾਉਂਦੇ ਆ, ਤਾਂ ਜੋ ਸਾਡਾ ਉਸ ਤੋਂ ਬੈਟਰ ਹੋ ਸਕੇ, ਉਸ ਤੋਂ ਵਧੀਆ ਰਿਜ਼ਲਟ ਹੋਰ ਮਿਲੇ, ਉਸ ਸਾਡੀ ਉਸ ਤੋਂ ਵਧੀਆ ਚੀਜ਼ ਸਾਨੂੰ ਗੁਰੂ ਪਾਤਸ਼ਾਹ ਸਾਨੂੰ ਦਿੰਦੇ ਆ ਨਾ। ਕਿਉਂਕਿ ਅਸੀਂ ਦੇਖੋ ਕਲਯੁਗੀ ਜੀਵ ਆ, ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ ਨਾ, ਅਰਦਾਸ ਫਿਰ ਤੁਹਾਨੂੰ ਪਤਾ ਬਹੁਤ ਵੱਡੀ ਸ਼ਕਤੀ ਹੈ ਨਾ, ਹੁਣ ਅਰਦਾਸ ਕੀਤੀ ਜੱਥੇ ਦੇ ਨਾਮ ਦੇ ਨਾ, ਅਤੇ ਉਹ ਹੋ ਸਕੇ ਮੈਂ ਇਹਦੇ ਵਿੱਚ ਕਲਿੱਪ ਲਾ ਦਾਂਗਾ ਜੇ ਮੈਂ ਡਿਲੀਟ ਨਾ ਮੇਰੇ ਫੋਨ 'ਚ ਹੋ ਗਈ ਹੋਵੇ ਨਾ, ਕਿਉਂਕਿ ਜ਼ਿਆਦਾਤਰ ਡਾਟਾ ਫੁੱਲ ਹੋਇਆ ਰਹਿੰਦਾ ਅਤੇ ਡਿਲੀਟ ਕਰਨੀ ਪੈਂਦੀ ਵੀਡੀਓ ਵਗੈਰਾ ਨਾ ਜੀ, ਅਤੇ ਤਾਂ ਕਰਕੇ ਉਹ ਜੇ ਹੋਈ ਤਾਂ ਮੈਂ ਵਿੱਚ ਲਾ ਦੂੰਗਾ ਤਾਂ ਤੁਹਾਨੂੰ ਪਤਾ ਲੱਗ ਜੂ ਨਾ। ਅਤੇ ਉਸ ਤੋਂ ਬਾਅਦ ਕੀ ਹੈ ਜੀ, ਮੈਂ ਬਹੁਤ ਕੋਸ਼ਿਸ਼ਾਂ ਕੀਤੀ, ਸਾਰੇ ਤਰਲੇ ਮਿੰਟੇ ਆਪਾਂ ਕੱਢੇ ਨਾ, ਜਿਨ੍ਹਾਂ ਨਾਲ ਜਾਣਾ ਸੀ ਸਾਰਾ ਕੁਛ ਕੀਤਾ, ਪਰ ਨਹੀਂ ਗੱਲ ਬਣੀ ਜੀ, ਹੈ ਨਾ, ਅਤੇ ਹਾਰ ਕਰ ਫਿਰ ਯਾਤਰਾ ਸਾਡੀ ਹੇਮਕੁੰਟ ਸਾਹਿਬ ਜੀ ਦੀ ਕੈਂਸਲ ਹੋਈ, ਪਰ ਹਲੇ ਵੀ ਮਨ ਦੇ ਵਿੱਚ ਇੱਕ ਚਿਣਕ ਇੱਕ ਚਿੰਗਾਰੀ ਹਲੇ ਵੀ ਆਪਣੇ ਮਨ ਦੇ ਵਿੱਚ ਹੈਗੀ ਆ, ਗੁਰੂ ਪਾਤਸ਼ਾਹ ਜੀ ਆਪ ਜੀ ਹੁਕਮ ਬਖਸ਼ੋ। ਕੋਈ ਨਹੀਂ, ਆਪਾਂ ਆਖਰਲੇ ਦਿਨਾਂ ਵਿੱਚ ਜਿਹੜੇ ਕਿ ਲਾਸਟ ਵਾਲੇ ਦਿਨ ਹੁੰਦੇ ਨਾ, ਲਾਸਟ ਵਾਲੇ ਮਹੀਨੇ ਹੁੰਦੇ ਸਤੰਬਰ ਵਾਲੇ, ਹੈ ਨਾ, ਜਦੋਂ ਯਾਤਰਾ ਸਮਾਪਤ ਹੋਣ ਦੇ ਮਤਲਬ ਕਿ ਆਉਂਦੀ ਹੈ ਨਾ, ਅਤੇ ਉਸ ਟਾਈਮ ਅਗਰ ਆਪ ਜੀ ਦਾ ਹੁਕਮ ਹੋ ਗਿਆ ਤਾਂ ਆਪਾਂ ਉਦੋਂ ਹੀ ਚਾਲੇ ਪਾਵਾਂਗੇ, ਕੋਈ ਚੱਕਰ ਨਹੀਂ, ਆਪਣੇ ਵੱਲੋਂ ਨਾ ਗੁਰੂ ਪਾਤਸ਼ਾਹ ਕਿਰਪਾ ਕਰਨ, ਤਿਆਰੀ ਫੁੱਲੀ ਫੁੱਲਾ ਪਾਉਣਾ, ਬਸ ਹੁਕਮ ਹੋ ਜਾਵੇ ਗੁਰੂ ਪਾਤਸ਼ਾਹ ਦਾ, ਕਿਉਂਕਿ ਬਹੁਤ ਮੁਸ਼ਕਿਲਾਂ ਰੁਕਾਵਟ ਆ ਰਹੀ, ਔਰ ਆਪਾਂ ਬਾਈਕ ਦੇ ਉੱਤੇ ਜਾਣਾ ਸੀ ਜੀ ਨਾ, ਕੋਈ ਆਪਾਂ ਪਰਸਨਲ ਕੋਈ ਮੈਨੂੰ ਕਿਹਾ ਨਹੀਂ ਜਾਣਾ ਸੀ, ਕਿਸੇ ਗੱਡੀ ਕਾਰ ਲੈ ਕੇ ਆਪਾਂ ਆਪਣੇ ਬਾਈਕ ਦੇ ਉੱਤੇ ਆਪਣੇ ਘੋੜੇ ਉੱਤੇ ਜਾਣਾ ਸੀ, ਗੁਰੂ ਪਾਤਸ਼ਾਹ ਜੋ ਬਖਸ਼ੇ ਹੈ ਨਾ, ਅਤੇ ਉਹ ਜੱਥੇ ਦੇ ਰੂਪ ਦੇ ਵਿੱਚ ਜਾਣਾ ਸੀ, ਔਰ ਬਹੁਤ ਵਧੀਆ ਜਰਨੀ ਆਉਣ ਵਾਲੀ ਸੀ, ਪਰ ਚਲੋ ਗੁਰੂ ਪਾਤਸ਼ਾਹ ਦੇ ਜਿੱਦਾਂ ਹੁਕਮ ਆ, ਜਿੱਦਾਂ ਭਾਣਾ ਵਾ, ਮੰਨਣਾ ਪੈਣਾ ਵਾ, ਅਤੇ ਬਸ ਮਨ ਦੁਖੀ ਸੀ, ਅਤੇ ਇਸ ਕਰਕੇ ਮੈਂ ਚਲੋ ਆਪਾਂ ਆਪਣੀ ਜਿਹੜੀ ਫੈਮਿਲੀ ਆ ਯੂਟਿਊਬ ਦੀ, ਆਪਾਂ ਉਹਦੇ ਨਾਲ ਸਾਂਝ ਪਾਈਏ, ਕਿਉਂਕਿ ਮੈਂ ਇੱਕ ਪੋਸਟ ਵੀ ਸਾਂਝ ਕੀਤੀ ਸੀ ਕਮਿਟੀ, ਉੱਥੇ ਬਹੁਤ ਜਿਹਨਾਂ ਦੇ ਕਮੈਂਟ ਆਏ ਸੀ ਨਾ, ਅਤੇ ਉਹਨਾਂ ਨੇ ਹੇਮਕੁੰਟ ਸਾਹਿਬ ਜੀ ਨੂੰ ਨਾ ਸਿਲੈਕਟ ਕੀਤਾ ਸੀ ਨਾ, ਅਤੇ ਆਪਸ਼ਨ ਵਾਲਾ ਜਿਹੜਾ ਆਪਣਾ ਹੁੰਦਾ ਵਾ ਨਾ ਵੋਟਿੰਗ ਵਾਲਾ, ਅਤੇ ਇਸ ਕਰਕੇ ਫਿਰ ਮੈਂ ਚਲੋ ਦੱਸਣਾ ਬਰਜ ਬਣਦਾ ਵਾ, ਕਿਉਂਕਿ ਆਪਣੀ ਕੋਈ ਵੀਡੀਓ ਵੀ ਨਵੀਂ ਨਹੀਂ ਆ ਰਹੀ ਸੀ, ਤਾਂ ਕਰਕੇ ਬਾਕੀ ਅੱਛੇ ਜਿਹੜੇ ਰਾਜਸਥਾਨ ਦੇ ਸਾਡੇ ਜਿਹੜੇ ਹਿਡਨ ਆ ਇਤਿਹਾਸਿਕ ਸਥਾਨ, ਉਹ ਆਪਾਂ ਤੁਹਾਨੂੰ ਜ਼ਰੂਰ ਦਰਸ਼ਨ ਮਿਲੇ ਕਰਾਵਾਂਗੇ ਨਾ, ਅਤੇ ਥੋੜ੍ਹੇ ਕੁ ਦਿਨ ਦੀ ਗੱਲ ਹੈ, ਕਿਉਂਕਿ ਮੀਂਹ ਦਾ ਮੌਸਮ ਚੱਲੀ ਜਾਂਦਾ ਇੱਕ ਵਾਰੀ ਨਾ, ਅਤੇ ਇਸ ਕਰਕੇ ਕਦੋਂ ਮਰਜ਼ੀ ਮੀਂਹ ਪੈ ਜਾਂਦਾ, ਕਦੋਂ ਮਰਜ਼ੀ ਗਰਮੀ ਬਹੁਤ ਤੇਜ਼ ਹੋ ਜਾਂਦੀ, ਘਰੋਂ ਨਿਕਲਦਾ ਫਿਰ ਮਨ ਨਹੀਂ ਕਰਦਾ ਨਾ, ਅਤੇ ਇਸ ਕਰਕੇ ਥੋੜ੍ਹਾ ਜਿਹਾ ਮੌਸਮ ਥੋੜ੍ਹਾ ਜਿਹਾ ਹੋਰ ਇੱਕ ਵਾਰੀ ਮੀਂਹ ਪੈ ਰਹੇ ਆ, ਅਤੇ ਜਿਹਦੇ ਕਰਕੇ ਥੋੜ੍ਹਾ ਜਿਹਾ ਮੌਸਮ ਉੱਤੇ ਥੱਲੇ ਹੋਇਆ ਪਿਆ, ਇੱਕ ਵਾਰੀ ਥੋੜ੍ਹਾ ਮੌਸਮ ਸੈੱਟ ਹੋ ਜਾਵੇ ਫਿਰ ਆਪਾਂ ਨਾਲ ਦੀ ਨਾਲ ਨਿਕਲਾਂਗੇ, ਔਰ ਤੁਹਾਨੂੰ ਜਿੰਨੇ ਵੀ ਸਾਡੇ ਇੱਧਰ ਰਾਜਸਥਾਨ ਦੇ ਜਿਹੜੇ ਇਤਿਹਾਸਿਕ ਸਥਾਨ ਹੈਗੇ, ਗੁਰੂ ਘਰ ਹੈਗੇ ਨਾ, ਉਹ ਸਾਰੇ ਆਪਾਂ ਦਰਸ਼ਨ ਦੀਦਾਰ ਕਰਾਂਗੇ, ਹੋਰ ਵੀ ਨਵੀਆਂ ਥਾਵਾਂ ਦੇ ਆਪਾਂ ਤੁਹਾਨੂੰ
ਵੀਡੀਓ ਦਿਖਾਵਾਂਗੇ, ਉੱਥੇ ਦੇ ਵਲੋਗ ਦਿਖਾਵਾਂਗੇ। ਬਸ ਇਹੀ ਗੱਲਾਂ ਬਾਤਾਂ ਸੀ ਜੋ ਤੁਹਾਡੇ ਨਾਲ ਸ਼ੇਅਰ ਕੀਤੀ ਆ। ਕਿਸੇ ਨੂੰ ਤੜਕਾ ਲਾਈ ਬੋਲਿਆ ਸੀ ਯਾਰ, ਗਲੇ ਵਿੱਚ ਉਹਨੂੰ ਮੁਸ਼ਕ ਜੀ ਚੜ ਗਈ ਜੋ ਤੜਕੇ ਦਿੰਦੀ ਨਾ ਜੀ, ਅਤੇ ਬਸ ਇਹੀ ਗੱਲਾਂ ਬਾਤਾਂ ਸੀ। ਅਤੇ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਨਵੇਂ ਦਿਨ ਵਿੱਚ, ਅਤੇ ਖੁਸ਼ ਰਹੋ, ਹੱਸਦੇ ਰਹੋ, ਅਤੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ।